ਕੁਰਾਲੀ ਪੁਲਿਸ ਨੇ ਇੱਕ ਇਨੋਵਾ ਗੱਡੀ ਵਿੱਚੋਂ 50 ਪੇਟੀਆਂ ਨਜਾਇਜ਼ ਸ਼ਰਾਬ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਦਕਿ ਇੱਕ ਵਿਅਕਤੀ ਭੱਜਣ ਵਿੱਚ ਫਰਾਰ ਹੋ ਗਿਆ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਦੋਨਾਂ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹਾਂਜੀ, ਸਾਨੂੰ ਕੀਤੀ 4 ਅਤੇ 5 ਦੀ ਦਰਮਿਆਨੀ ਰਾਤ ਨੂੰ ਜਿਹੜਾ ਹੈਗਾ ਇਤਲਾਹ ਮਿਲੀ ਸੀਗੀ ਕਿ ਇੱਕ ਇਨੋਵਾ ਗੱਡੀ ਦੇ ਵਿੱਚ ਜਿਹੜੀ ਹੈਗੀ ਹੈ ਨਜਾਇਜ਼ ਸ਼ਰਾਬ ਜਿਹੜੀ ਹੈਗੀ ਆ ਉਹ ਲਿਆਂਦੀ ਜਾ ਰਹੀ ਹੈ। ਜਿਹਦੇ ਇਤਲਾਹ ਪਿੰਡ ਦੇ ਅਸੀਂ ਜਿਹੜਾ ਹੈਗਾ ਪਿੰਡ ਪਟਿਆਲਾ ਜਿਹੜਾ ਹੈਗਾ ਮੇਨ ਰੋਡ ਦੇ ਉੱਪਰ ਨਾਕਾ ਲਾ ਕੇ ਇਸ ਗੱਡੀ ਨੂੰ ਕਾਬੂ ਕੀਤਾ ਸੀ। BB11BN3816 ਇਨੋਵਾ ਗੱਡੀ ਹੈਗੀ ਹੈ ਜੀ। ਇਹਦੇ ਵਿੱਚੋਂ ਅਸੀਂ 50 ਪੇਟੀਆਂ ਜਿਹੜੀ ਹੈਗੀ ਆ ਹਾਈ ਸਪੀਡ ਮਾਰਕਰ ਸ਼ਰਾਬ ਵਿਸਕੀ ਫੜੀ ਸੀ, ਜਿਹਦੇ ਵਿੱਚ ਰਣਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਦੇਵ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਦੂਸਰਾ ਵਿਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਇਹ ਵੀ ਜਗਦੇਵ ਕਲਾਂ ਅੰਮ੍ਰਿਤਸਰ ਦਾ, ਇਹਨਾਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਅਤੇ ਸਰ ਇਹ ਇੰਨੀ ਦਾਰੂ ਕੀ ਕਰਦੇ ਤੇ ਜੀ, ਇਹ ਕਿੱਥੋਂ ਲਿਆਉਂਦੇ ਤੇ ਜੀ? ਇਹ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ 1 ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਜੀ। ਇਹਦੇ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਸ਼ਰਾਬ ਇਹਨਾਂ ਨੇ ਕਿੱਥੋਂ ਲੈ ਕੇ ਆਉਂਦੀ ਹੈ ਅਤੇ ਕਿੱਥੇ ਲਿਜਾ ਕੇ ਵੇਚੀ। ਸਰ ਕਿੰਨੀ ਕੁ ਦੇਰ ਤੋਂ ਇਹ ਧੰਦਾ ਕਰਦੇ ਤੇ ਦਾਰੂ ਦਾ ਜੀ? ਇਹਨਾਂ ਦੇ ਦੱਸਣ ਮੁਤਾਬਕ ਇਹ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਹੈਗਾ ਇਹ ਧੰਦਾ ਕਰ ਰਹੇ। ਸਰ ਕਿਹੜੀ ਧਾਰਾ ਦੇ ਦਿਨ ਪਰਚਾ ਹੋਇਆ ਜੀ? 61 ਐਕਸਾਈਜ਼ ਐਕਟ ਦੇ ਅੰਡਰ ਜਿਹੜਾ ਹੈਗਾ ਇਹਨਾਂ 'ਤੇ ਫਾਇਰ ਲਾ ਕੇ ਜੀ। ਦਾਰੂ ਚੰਡੀਗੜ੍ਹ ਕਿਆ ਰੇਟ ਮਿਲਦੀ ਹੁੰਦੀ ਤੀ? 650। ਅਤੇ ਉਰੇ ਪੰਜਾਬ 'ਚ ਵੱਖ ਵੱਖ ਥਾਵਾਂ ਤੋਂ ਕਿੱਥੇ ਕਿੱਥੇ ਵੇਚਦੇ ਤੇ ਜੀ ਤੁਸੀਂ? ਸਰ ਇੱਕੇ ਥਾਂ ਪਹੁੰਚਦੇ ਹੈਂ? ਇੱਕੇ ਥਾਂ ਲਾਤੀ ਆਪਣੀ। ਇੱਕੇ ਥਾਂ ਵੇਚਦੇ ਤੇ ਕਿਆ ਰੇਟ ਵੇਚਦੇ ਤੇ? ਸਰ 1000 ਰੁਪਏ ਨੂੰ ਇੱਕ ਪੇਟੀ ਲਾ ਦਿੰਦੇ। 600 ਦੀ ਮਿਲਦੀ ਤੀ, 1000 ਨੂੰ ਵੇਚਦੇ ਤੇ? ਕਿਉਂ ਇਹੋ ਜਿਹੇ ਕੰਮ ਬੜੇ ਆ, ਕੀ ਕਮੀ ਆ ਗਈ ਤੀ ਕੋਈ ਇਹੀ ਜੀ? ਸਰ ਨੌਕਰੀ ਅਪਲਾਈ ਕੀਤੀ ਨਹੀਂ ਮਿਲੀ ਸਰ, ਬੇਰੁਜ਼ਗਾਰੀ ਦੇ ਕਰਕੇ ਹੁਣ ਨਹੀਂ ਹੈ ਨਹੀਂ ਸੀ, ਤਾਂ ਕਰਕੇ ਆਪਾਂ ਇਹ ਕੰਮ ਕਰਨਾ ਪਿਆ।